ਦਾ ਪੱਠਾ ਕੋਈ ਵੈਸੇ ਹੀ ਬਾਜਵੇ ਪਾਕਿਸਤਾਨ ਨੂੰ ਇੱਧਰ ਉੱਧਰ ਘਰ ਨੂੰ ਅੱਗ ਲਾ ਦਿੱਤੀ। ਮੈਂ ਕਿਹਦੀ ਮਾਂ ਨੂੰ ਮਾਸੀ, ਮੈਂ ਤਾਂ ਇਸ ਕਰਕੇ ਆਇਆ ਕਿ ਕਹਿੰਦਾ ਉੱਥੇ ਵੜ ਨਹੀਂ ਸਕਦਾ। ਮੈਂ ਕਿਹਾ ਜਾਂਦੇ ਹਾਂ, ਕਿਸਾਨ ਤਾਂ ਮੇਰੇ ਲਈ ਮਰ ਜਾਣ। ਕਿਸਾਨਾਂ ਦਾ ਪ੍ਰੋਟੈਸਟ ਜਾਇਜ਼ ਹੈ, ਕਲਾਕਾਰ ਨੇ ਜੁਆਇਨ ਕੀਤਾ ਬਹੁਤ ਸ਼ਾਬਾਸ਼ ਉਹਨਾਂ ਦੇ, ਲੇਕਿਨ ਸਿਆਸਤਦਾਨ ਜਿਹੜੇ ਉਹ ਇਹ ਨਾ ਸੋਚਣ ਕਿ ਹੁਣ ਫਟਾਫਟ ਤਾਜ ਸਾਨੂੰ ਮਿਲ ਜਾਏਗਾ 2022। ਇਹ ਇੱਡਾ ਸੌਖਾ ਕੰਮ ਨਹੀਂ ਜੋ ਪੰਜਾਬ ਲੋਕ, ਇਹ ਜੋ ਪਬਲਿਕ ਹੈ ਇਹ ਸਭ ਜਾਣਦੀ ਹੈ। ਇਹ ਸਿਆਸਤ ਨਾ ਕਰੋ, ਅਗਰ ਸੱਚੇ ਹੋ ਚਲੋ ਮੇਰੇ ਨਾਲ। ਮੈਂ ਟਾਈਮ ਲੈ ਕੇ ਦਿੰਦਾ, ਮੈਂ ਜ਼ਿੰਮੇਵਾਰੀ ਨਾ ਕਹਿ ਰਿਹਾ। ਬੇਟੀ ਕਿਸੀ ਕੀ ਵੀ ਹੋ, ਵੋ ਮੇਰੀ ਬੇਟੀ ਹੈ, ਬਹਿਨ ਕਿਸੀ ਕੀ ਵੀ। ਉਸਕੋ ਉਸਕੇ ਸਾਥ ਇਤਨਾ ਜ਼ੁਲਮ ਤਸ਼ੱਦਦ ਹੁਆ। ਹਮਾਰੇ ਸਾਹਿਬ ਜੀ ਕੋ ਕਹਤੇ ਹੈ ਬੇਟੀ ਬਚਾਓ ਬੇਟੀ ਪੜ੍ਹਾਓ, ਲੇਕਿਨ ਯੇ ਕੌਣ ਲੋਕ ਇਸ ਪਾਰਟੀ ਕੋ ਬੀਜੇਪੀ ਕੋ ਔਰ ਮੇਰੇ ਸਾਹਿਬ ਕੋ ਬਦਨਾਮ ਕਰ ਰਹੇ ਹੈ। ਜਲਦੀ ਤੋਂ ਜਲਦੀ ਉਸਕੋ ਨੰਗਾ ਕੀਆ ਜਾਏ। ਕਾਨੂੰਨ ਇਸਸੇ ਕਿਆ ਇਨਕਾਊਂਟਰ ਕੀਏ ਥੇ ਨਾ ਬੱਚੇ, ਉਹ ਪ੍ਰਿਯੰਕਾ ਤੋਂ ਐਸੇ ਹੋਣਾ। ਕਾਨੂੰਨ ਕਾਨੂੰਨ ਕੋ ਛੋੜੋ, ਇਸ ਕਾਨੂੰਨ ਤੋਂ ਬਣਨਾ ਹੀ ਚਾਹੀਏ। ਏਕ ਦਮ ਉਨਕੋ ਜੈਸੇ ਬਾਹਰ ਕਿਲੇ ਮੁਲਕੋ ਉਸੀ ਵਕਤ ਮੌਤ ਕੀ ਸਜ਼ਾ ਹੋਣੀ ਚਾਹੀਏ। ਉਸੀ ਵਕਤ ਜਬ ਪ੍ਰੂਵ ਹੋ ਜਾਏ ਕਿ ਜੈਨੂਨਲੀ ਇਹਨਾਂ ਨੇ ਗੁਨਾਹ ਕੀਆ। ਉਹ ਵੱਡੇ ਬੰਦੇ ਆ, ਵੱਡੀਆਂ ਗੱਲਾਂ ਨੇ, ਕਦੋਂ ਗੱਠਬੰਧਨ ਤੋੜਦੇ ਆ ਤੇ ਕਦੋਂ ਫੇਰ ਪੜਾ ਲੈਂਦੇ, ਇਹ ਉਹਨਾਂ ਦੀਆਂ ਗੱਲਾਂ ਨੇ। ਮੈਂ ਅੱਜ ਸਿਆਸਤ ਕਰਨ ਨਹੀਂ ਆਇਆ, ਮੈਂ ਅੱਜ ਇਹ ਕਹਿਣ ਆਇਆ ਕਿ ਜੇ ਤੁਹਾਨੂੰ ਲੱਗਦਾ ਕਿ ਹੰਸਰਾਜ ਹੰਸ ਦੇ ਘਰ ਦਾ ਘਰਾਓ ਕੀਤਾ ਜਾਵੇ ਤਾਂ ਮਤਲਬ ਮੈਂ ਕਿਸੇ ਗਿਣਤੀ 'ਚ ਹਾਂ। ਜੇ ਮੈਂ ਕਿਸੇ ਗਿਣਤੀ 'ਚ ਹਾਂ, ਇੱਕ ਤਾਂ ਮੈਨੂੰ ਵੀ ਮਾਰਿਓ ਕੁੱਟਿਓ ਨਾ, ਸ਼ਤਰੌੜ ਨਾ ਫੇਰਿਓ, ਗਾਲਾਂ ਨਾ ਕੱਢਿਓ, ਮੇਰੇ ਬੱਚੇ ਇੱਥੇ ਰਹਿੰਦੇ ਤਾਂ ਕੋਈ ਨੁਕਸਾਨ ਨਾ ਹੋਵੇ। ਇਹ ਉੱਲੂ ਦਾ ਪੱਠਾ ਕੋਈ ਵੈਸੇ ਹੀ ਵਾਜਵੇ ਪਾਕਿਸਤਾਨੋਂ ਇੱਧਰ ਉੱਧਰੋਂ ਘਰ ਨੂੰ ਅੱਗ ਲਾ ਦੇ, ਤਾਂ ਫਿਰ ਮੈਂ ਕਿਹਦੀ ਮਾਂ ਨੂੰ ਮਾਸੀ। ਮੈਂ ਤਾਂ ਇਸ ਕਰਕੇ ਆਇਆ ਕਿ ਕਹਿੰਦਾ ਉੱਥੇ ਵੜ ਨਹੀਂ ਸਕਦਾ। ਮੈਂ ਕਿਹਾ ਜਾਂਦੇ ਹਾਂ, ਕਿਸਾਨ ਤਾਂ ਮੇਰੇ ਲਈ ਮਰ ਜਾਣ, ਮੈਂ ਕਿਸਾਨਾਂ ਲਈ ਮਰ ਜਾਵਾਂ 100 ਵਾਰੀ। ਕਿਸਾਨਾਂ ਨੂੰ, ਕਿਸਾਨਾਂ ਨੇ ਜਿਹੜੇ ਹੁਣ ਪ੍ਰੋਟੈਸਟ ਕਰ ਰਿਹਾ, ਫਲੋਰ ਵੀ ਦੇਖੋ, ਰੇਲ ਗੱਡੀਆਂ ਰੋਕ ਕੇ ਉੱਥੇ ਕਿਸਾਨਾਂ ਨੇ ਪ੍ਰੋਟੈਸਟ ਕੀਤਾ ਹੈਗਾ ਆ। ਉਹਨਾਂ ਨੇ ਕਿਹਾ ਜਿਹੜੇ ਕੇਂਦਰ ਸਰਕਾਰ ਵੱਲੋਂ ਕਾਨੂੰਨ ਬਣਾਏ ਗਏ ਇਹ ਵਾਪਸ ਦਿੱਤੇ। ਕਿਸਾਨਾਂ ਦਾ ਪ੍ਰੋਟੈਸਟ ਜਾਇਜ਼ ਹੈ, ਕਲਾਕਾਰ ਨੇ ਜੁਆਇਨ ਕੀਤਾ ਬਹੁਤ ਸ਼ਾਬਾਸ਼ ਉਹਨਾਂ ਦੇ, ਲੇਕਿਨ ਸਿਆਸਤਦਾਨ ਜਿਹੜੇ ਉਹ ਇਹ ਨਾ ਸੋਚਣ ਕਿ ਹੁਣ ਫਟਾਫਟ ਤਾਜ ਸਾਨੂੰ ਮਿਲ ਜਾਏਗਾ 2022 'ਚ। ਇਹ ਇੱਡਾ ਸੌਖਾ ਕੰਮ ਨਹੀਂ ਜੋ ਪੰਜਾਬ ਲੋਕ, ਇਹ ਜੋ ਪਬਲਿਕ ਹੈ ਇਹ ਸਭ ਜਾਣਦੀ ਹੈ। ਇਹ ਸਿਆਸਤ ਨਾ ਕਰੋ, ਅਗਰ ਸੱਚੇ ਹੋ ਚਲੋ ਮੇਰੇ ਨਾਲ। ਮੈਂ ਟਾਈਮ ਲੈ ਕੇ ਦਿੰਦਾ, ਮੈਂ ਜ਼ਿੰਮੇਵਾਰੀ ਨਾ ਕਹਿ ਰਿਹਾ, ਮੈਂ ਟਾਈਮ ਲੈ ਕੇ ਦਿੰਦਾ ਪ੍ਰਾਈਮ ਮਿਨਿਸਟਰ ਸਾਹਿਬ ਤੋਂ ਟੇਬਲ 'ਤੇ ਟਾਕ ਕਰਦੇ ਹਾਂ, ਦੱਸਦੇ ਉਹਨਾਂ ਨੂੰ ਕਿ ਸਰ ਜੀ ਸਾਹਿਬ ਜੀ ਪੰਜਾਬ ਨੂੰ ਮਨਫੀ ਕਰਕੇ ਇੰਡੀਆ ਕੋਈ ਬਚਦਾ ਕੀ ਹੈ? ਫੌਜੀ ਸਾਡੇ, ਜਵਾਨ ਸਾਡੇ, ਜੈ ਕਿਸਾਨ ਜੈ ਜਵਾਨ ਦਾ ਨਾਰਾ ਫਿਰ ਕਾਹਦੇ ਸਿਰ 'ਤੇ ਲਾਵਾਂਗੇ ਆਪਾਂ? ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਹੁਣ ਗੱਠਜੋੜ ਤੋੜਿਆ, ਉਹਨੂੰ ਲੈ ਕੇ ਵਿਰੋਧੀ ਪਾਰਟੀਆਂ ਦਾ ਡਰਾਮਾ ਕਹਿ ਰਹੇ, ਪਰਸਨਲੀ ਜੀ ਤੁਹਾਡਾ ਕੀ? ਉਹ ਗੱਲਾਂ ਮੈਨੂੰ ਆਉਂਦੀਆਂ ਨੇ, ਫਿਰ ਲੋਕ ਕਹਿਣਗੇ ਸਿਆਸਤ ਤੈਨੂੰ ਆਉਂਦੀ ਨਹੀਂ। ਮੈਂ ਸਿਆਸਤ ਦੀ ਗ੍ਰੈਮਰ ਜੇ ਗਾਣਾ ਸਿੱਖ ਸਕਦਾ, ਮੈਂ ਸਿਆਸਤ ਵੀ ਸਿੱਖ ਸਕਦਾ। ਮੈਂ ਨਹੀਂ ਜੋ ਸਿੱਖਣੀ ਸਿਆਸਤ, ਮੇਰਾ ਮੈਂ ਪਾਰਲੀਮੈਂਟ 'ਚ ਵੀ ਆਪਣੇ ਹਿਸਾਬ ਨਾਲ ਹੀ ਬੋਲਦਾ, ਪਬਲਿਕ 'ਚ ਵੀ। ਆਹ ਜਿਹੜੀਆਂ ਗੱਲਾਂ ਕਰਕੇ ਆਇਆ ਇਹ ਮੈਂ ਬੀਜੇਪੀ ਦੇ ਆਫਿਸ ਪਾਰਟੀ 'ਚ ਕਰਕੇ ਆਇਆ, ਆਪਣੀ ਪਾਰਟੀ 'ਚ। ਇਹ ਸਾਰੇ ਹੁਣ ਫਾਰਵਰਡ ਕਰਵਾ ਲਿਓ, ਦੇਖ ਲਿਓ। ਇਹ ਨਹੀਂ ਕਿ ਮੈਂ ਉੱਥੇ ਦਿੱਲੀ ਹੋਰ ਬੋਲੂੰਗਾ, ਅੰਬਾਲੇ ਹੋਰ ਬੋਲੂੰਗਾ, ਇੱਥੇ ਆ ਕੇ ਹੋਰ ਬੋਲੂੰਗਾ। ਲਾਹਨਤ ਹੈ ਮੇਰੇ ਸੂਫੀ ਹੋਣ ਦੇ, ਆਰਟਿਸਟ ਹੋਣ ਦੇ। ਮੈਨੂੰ ਸਿਆਸਤ ਦਾ ਕੀ ਪਤਾ, ਮੇਰੀ ਕਿਸਮਤ 'ਚ ਸੀਗਾ ਇੱਕ ਵਾਰੀ, ਇੱਕ ਦੋ ਵਾਰੀ ਇਹਨਾਂ ਨੇ ਹਰਾ ਦਿੱਤਾ ਸੀਗਾ। ਮੈਂ ਕਿਹਾ ਤੁਹਾਨੂੰ ਜਿੱਤ ਕੇ ਵੀ ਦਿਖਾਵਾਂਗੇ। ਇਹਨਾਂ ਨੇ ਹਰਾਇਆ ਤਾਂ ਟਰੈਪ ਕਰਕੇ ਸੀ, ਅਤੇ ਜਿਨ੍ਹਾਂ ਨੇ ਹਰਾਇਆ ਸੀ ਉਹਨਾਂ ਦੀ ਹਾਲਤ ਦੇਖ ਲਓ, ਕਿ ਉਹ ਫਕੀਰ ਨਾਲ ਪੰਗਾ ਲਓਗੇ ਇਹੀ ਹਾਲਤ ਹੋਊ। ਡਿਪਰੈਸ਼ਨ 'ਚ ਹੀ ਆ ਸਾਰੇ, ਜਿਨ੍ਹਾਂ ਜਿਨ੍ਹਾਂ ਨੇ ਮੈਨੂੰ ਹਰਾਇਆ। ਕਿਹਾ ਜਾ ਰਿਹਾ ਜਿਹੜਾ ਇਹ ਗਠਬੰਧਨ ਤੋੜਿਆ ਗਿਆ, ਇੱਕ ਕਾਂਗਰਸ ਪਾਰਟੀ ਦਾ ਇਹ ਕਹਿਣਾ ਹੈਗਾ ਕਿ ਇਸ ਲਈ ਤੋੜਿਆ ਜਿਹੜਾ ਕਿਸਾਨਾਂ ਦੀ ਸਹਾਨੁਭੂਤੀ ਜਿਹੜੀ ਅਕਾਲੀਆਂ ਨੂੰ ਨਹੀਂ ਮਿਲ ਰਹੀ ਸੀ ਉਹਦਾ ਕਰਕੇ। ਇਹ ਕਾਂਗਰਸ ਜਾਣੇ, ਅਕਾਲੀ ਜਾਣਨ, ਦੂਸਰੇ ਜਾਣਨ, ਮੈਨੂੰ ਇੰਨਾ ਪਤਾ ਹੈ ਕਿ ਜਿੱਦਣ ਸਿਆਸਤ ਮਨਫੀ ਕਰਕੇ ਇਨਸਾਨੀਅਤ ਆ ਗਈ, ਇੱਕ ਬੰਦੇ ਦਾ 20,000 ਕਿੱਲਾ ਆ, ਇੱਕ ਬੰਦੇ ਦੇ 2 ਹੀ ਕਿੱਲੇ ਆ। ਕਹਿੰਦੇ ਜੱਟ ਲੱਗ ਕੇ ਸੀਰੀ ਦੇ ਗਲ ਰੋਵੇ, ਅਤੇ ਖੇਤ ਮਜ਼ਦੂਰ ਨੂੰ ਤਾਂ ਜ਼ਹਿਰ ਵੀ ਨਹੀਂ ਮਿਲਦੀ ਖਾਣ ਲਈ। ਖੇਤ ਮਜ਼ਦੂਰ ਜ਼ਿੰਦਾਬਾਦ ਕਰਦੇ, ਮਜ਼ਦੂਰ ਦੀ ਵੀ ਗੱਲ ਕਰੋ, ਕਿਸਾਨ ਦੀ ਵੀ ਗੱਲ ਕਰੋ, ਮਰਿੰਡਾ ਹੀ ਦੇ ਦਿਆ ਕਰੋ। ਇੰਨਾ 20,000 ਖੇਤ ਵਾਲਾ ਮਜ਼ਬੀਆਂ ਨੂੰ ਦੇ ਦੇਵੇ, ਫਿਰ 2-2, 4-4, 5-5 ਕਿੱਲੇ ਦੇ ਦੇਵੇ ਗਰੀਬਾਂ ਨੂੰ। ਦੂਸਰੇ ਗਰੀਬ ਕਿਸਾਨ ਆ, ਗਰੀਬ ਜੱਟ ਹੈ, ਸਾਡੇ ਪਿੰਡ ਆ, 2-2, 3 ਖੇਤੇ ਇਹ ਦੇ ਦੇਣ, ਜਿਹਨਾਂ ਕੋਲ 500-500 ਏਕੜ ਆ, ਚਲੋ ਵੀ ਗਰੀਬ ਜੱਟ ਦੇ ਦਿਓ। ਜਿੱਥੇ ਤੱਕ ਸਰਕਾਰ ਦਾ ਤਲਕ ਹੈ, ਸਰਕਾਰ ਨਾਲ ਆਪਾਂ ਗੱਲ ਕਰਦੇ ਹਾਂ। ਮੈਂ ਜਿੰਨੀ ਦੇਰ MP ਹਾਂ, ਮੈਂ ਆਪਣੀ ਪੰਜਾਬੀਅਤ ਦੇ ਤੌਰ 'ਤੇ, ਬੇਸ਼ੱਕ ਜਿੱਦਾਂ ਮਰਜ਼ੀ ਮੇਰੇ ਨਾਲ ਇਹਨਾਂ ਨੇ ਕੀਤਾ, ਮੈਂ ਆਪਣਾ ਜ਼ਿੰਮੇਵਾਰੀ ਨਾਲ ਮੈਂ ਲੈ ਕੇ ਜਾਂਦਾ। ਪ੍ਰਾਈਮ ਮਿਨਿਸਟਰ ਸਾਹਿਬ ਤੋਂ ਵੱਡੀ ਗੱਲ ਨਹੀਂ, ਉੱਥੇ ਚੱਲਦੇ ਹਾਂ ਆਪਾਂ, ਟੇਬਲ ਟਾਕ ਕਰੋ, ਉੱਥੇ ਖੁੱਲ੍ਹ ਕੇ ਬੋਲੋ। ਆਹ ਟੈਕਨੀਕਲ ਗੱਲਾਂ ਤਾਂ ਮੈਨੂੰ ਆਉਂਦੀਆਂ ਨੇ। ਉਹ ਜੋ ਹਾਥਰਸ ਮੇਂ ਹੋਇਆ ਹੈ, ਮੈਂ ਹੀ ਬੋਲਾ ਹੂੰ, ਬਹੁਤ ਲਾਊਡ ਤਰੀਕੇ ਸੇ ਮੈਨੇ ਪਹਿਲੇ ਫੋਨ ਕੀਆ ਯੋਗੀ ਸਾਹਿਬ ਕੋ, ਆਨਰੇਬਲ CM UP ਕੋ, ਫਿਰ ਮੈਨੇ ਲੈਟਰ ਲਿਖਾ, ਫਿਰ ਮੈਨੇ ਸਾਰਾ ਸੋਸ਼ਲ ਮੀਡੀਆ ਪੇ ਡਾਲਾ ਹੈ
कि बेटी किसी की भी हो, वो मेरी बेटी है, बहन किसी की भी हो, उसको उसके साथ इतना जुल्म तशद्दुद हुआ। हमारे साहब जी तो कहते हैं बेटी बचाओ बेटी पढ़ाओ, लेकिन ये कौन लोग इस पार्टी को, बीजेपी को और मेरे साहब को बदनाम कर रहे हैं। जल्दी से जल्दी उसको नंगा किया जाए। ये सियासतें हो रही हैं, ये सियासत है, इसमें सियासत है। उस बेटी को इंसाफ जितनी देर मिलेगा नहीं, मैं नहीं टिकांगा। इतने पंजाब च जड़ी गल करता वो भी उत्थे ही करता जी। इसके बाद जैसे आपने भी बात उठाई है, और भी भाजपा के जो सांसद हैं इसी मुद्दे को लेके बात कर रहे हैं कि ये कैसे हुआ, इस पे आपका। वो उन्होंने फास्ट ट्रैक बना दिया एकदम, जैसे निर्भया को दूसरी बेटी और डॉक्टर को मिला, प्रियंका नाम था शायद, उसको इंसाफ मिला, ऐसे ही उसको मिलेगा। योगी साहब ने फास्ट ट्रैक बना दिया है, इसीलिए बनाया है। अगर ना इंसाफ मिलेगा, भाजपा सबसे पहले इस मुद्दे को उठाई। उसके बाद जो बात हुई है, अभी उत्तर प्रदेश वाला मामला ठंडा नहीं हुआ, राजस्थान में भी एक ऐसा मामला सामने आया, उसके बारे में। हाँ, यहाँ देखो आप सियासत, उत्तर प्रदेश में क्योंकि बीजेपी की गवर्नमेंट है तो कारें एकदम स्टार्ट हो गई। वो भी हमारी बेटी है, मेरी तो बहुत सत्कारयोग बेटी है, छोटी बहन है प्रियंका, राहुल साहब है, वो एकदम कारें स्टार्ट करके हाथरस तो पहुंच गया। राजस्थान किन्ने जाना, जवाहरलाल ने उत्थे भी जाओ, राजस्थान भी जाओ, मध्य प्रदेश, बेटी चाहे राजस्थान की है, पंजाब की है, यूपी की है, हर जगह बेटी की बात करो, इज्जत की बात करो, गैरत की। ये तो सियासत करते हैं, सियासत छोड़ो लोग को, फिर ये भारत बनेगा मेरा, जो जिसको कहते थे सारे जहां से अच्छा हिंदुस्तान हमारा। सर क्या लगता है कि अभी भारत में दलित सेफ है, जिस तरह से ये ऐसा हो रहा है, ये भी दलित लड़की थी? ये कहना नहीं चाहिए, बेटी कहना चाहिए। दलित शब्द से मुझे नफरत है सबसे, मैं मुंह मत्थे नहीं लगता कि तो माड़ा मैं, जिदा मर्जी आ जाए कोई, लेकिन खाम खाए दलित बने जाते हैं बिना ही गल तो। ना बाबा साहब अंबेडकर ने कहा सी दलित गाली है, कोई कॉम्पलैक्स नहीं रखना। उत्थे देख लो जदों दे इलेक्शन शुरू होए, हिंदुस्तान सब तो ज्यादा वोटा ने तुहाडा भरा जितया, तो जे मैं दलित शलित होंदा तो फिर सारिया ने उन्होंने पाया वोटा, कल्ली एक कौम ने थोड़ी पाई है। हिंदू मेरे लिए, सिख मेरे लिए, ईसाई मेरे लिए, उन्हें क्या मुसलमान बन गया, मुसलमाना ने रज के सारे ने, उन्होंने पता ही था आर्टिस्ट है, सूफी है। सर क्या लगता नहीं कि आपको इसके लिए सख्त कानून होना चाहिए, क्योंकि यह आवाज उठ रही है? सख्त कानून इससे क्या, इनकाउंटर किए थे ना बच्चे और प्रियंका को, ऐसे ही होना है। कानून कनान को छोड़ो, इसको कानून तो बनना ही चाहिए एकदम। उनको जैसे बाहर किले मुल्कों में उसी वक्त मौत की सजा होनी चाहिए, उसी वक्त जब प्रूव हो जाए कि जेन्युइनली इन्होंने ये गुनाह किया, प्रूव हो जाए। सर केड़ा संस्कार रात में पुलिस वालों किया गया देर रात केड़ा? हाँ वो 2:30 बजे ना दिल्ली से ले जाके डेड बॉडी फटाफट कर दिया कि हालात खराब ना हो, वो भी मैंने लिखा है कि 2:30 बजे रात को किसका संस्कार होता है। ये तो मैं तो फकीर हूँ, मैं तो बोलूँगा, फकीर हूँ मैं बोलूँगा। मेरा साहब कहता बेटी बचाओ बेटी पढ़ाओ, बेटियों के लिए मैं नहीं बोलूँगा तो इसका मतलब फिर तो चमचगिरी हुई, फिर हम झूठ बोलते हुए, फिर हम डबल स्टैंडर्ड, ऐसा तो कोई बात ही नहीं। साहब खुश होते हैं, साहब खुश होते हैं, लोग जानबूझ के बदनाम करते हैं। सर कारण की रह गया केड़ा, पुलिस में राती करना पै गया संस्कार? कारण तो मुझे पता नहीं, मैं मुझे ये पता लगा कि 2:30 बजे यार इतना जुल्म होने के बाद ऐसा हो गया। मैं रोता रहा पहले तो, रोता तो मैं क्या करूँ, मेरी क्या हैसियत है, मेरी कोई बात सुनेगा भी या नहीं सुनेगा, ऐसा भी होता ना। ए ग्रेड तो मैं लीडर हूँ नहीं, लेकिन मैंने अपने पीए को रात को बुलाया, मैं कहा फटाफट लेटर लिखो मेरी ओर से और सुबह रात दिन चढ़ने से पहले मेरी योगी साहब से बात कराओ। मैंने उनको भी बेनती की कि ऐसा क्यों हो रहा है, अभी देखो सियासत कैसी, उधर चले गए हैं फटाफट, राजस्थान भी जाओ ना, जाके घेरो वहाँ, वहाँ कांग्रेस का राज है।